ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਬਹਿਰੇ ਤੁਸੀਂ ਆਪਣਾ ਕਰਨਾ ਨਾ ਚਾਹੁੰਦੇ ਤਾਂ ਮੈਂ ਤੁਹਾਡਾ ਮਿਹਰਬਾਨ ਬਲਾਲ ਅਹਿਮਦ ਭਰਾਵਾਂ ਵਾਸਤੇ ਜ਼ਾਨਾ ਦੀ ਨਵੀਂ ਨਵੀਂ ਵੀਡੀਓ ਲੈ ਕੇ ਆਉਂਦੇ ਇਨਸ਼ਾਅੱਲਾ ਉਮੀਦ ਕਰਦੇ ਆ ਵੀਡੀਓ ਪਸੰਦ ਵੀ ਕਰਦੇ ਆ ਲਾਈਕ ਵੀ ਕਰਦੇ ਆ ਸ਼ੇਅਰ ਵੀ ਕਰਦੇ ਆ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂ ਸਾਡੀ ਹਰ ਆਉਣ ਵਾਲੀ ਨਵੀਂ ਤਰ੍ਹਾਂ ਵੀਡੀਓ ਜੇ ਤੁਹਾਡੇ ਤੱਕ ਬਾਸਾਨੀ ਪਹੁੰਚ ਸਕੇ ਲੋ ਜੀ ਵੀਡੀਓ ਅਸੀਂ ਬਣਾ ਲਗੇ ਆ ਨਵੀਂ ਵੀਡੀਓ ਵਾਰ ਅੱਜ ਮੰਗਲ 23 ਜੁਲਾਈ 2024 ਜ਼ਿਲ੍ਹਾ ਗੁਜਰਾਤ ਤਹਿਸੀਲ ਸਰਾਇਲੰਗੀਰ ਪਿੰਡ ਕੋਟੀਆਂ ਮਾਸ਼ਾਅੱਲਾ ਜੀ ਭਾਈ ਦਾ ਨਾਂ ਹੈ ਅਲੀ ਕ੍ਰੇਸ਼ੀ ਸਾਹਿਬ ਦੋ ਮੱਝਾਂ ਲੈਣੀਆਂ ਨੇ ਭਾਈ ਅਲੀ ਨੇ ਮੱਝਾਂ ਜ਼ਰਾ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀਆਂ ਨੇ ਦੋਵੇਂ ਜ਼ਿਲ੍ਹਾ ਗੁਜਰਾਤ ਹੋਵੇਦਾ ਤਹਿਸੀਲ ਸਰਾਇਲੰਗੀਰ ਹੋਵੇਦਾ ਪਿੰਡ ਕੋਟੀਆਂ ਹੋਵੇਦਾ ਸਰਾਇਲੰਗੀਰ ਦੇ ਬਿਲਕੁਲ ਸ਼ਹਿਰ ਦੇ ਨਾਲ ਪਿੰਡ ਹੈ ਦੋ ਮੱਝਾਂ ਭਰਾਵਾਂ ਨੂੰ ਤਸੱਲੀ ਨਾਲ ਮਹਾਵਾਂ ਦੇ ਵੇਖ ਵੀ ਲੈਣੀਆਂ ਨੇ ਉਹ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਭਾਈ ਅਲੀ ਨਾਲ ਕਰ ਲੈਂਦੇ ਹਾਂ ਫੋਨ ਨੰਬਰ ਵੀ ਉੱਤੇ ਲੱਗਿਆ ਹੋਵੇਦਾ ਤੇ ਰਾਬਤਾ ਕਰ ਲੈਣਾ ਹੈ ਵਾਰ ਅੱਜ ਮੰਗਲ 23 ਜੁਲਾਈ 2024 ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਭਾਈ ਅਲੀ ਕੀ ਹਾਲ ਹੈ ਜੀ ਸ਼ੁਕਰ ਅੱਲਾ ਮਾਸ਼ਾਅੱਲਾ ਭਾਈ ਅਲੀ ਇਹ ਕਿੰਨਾ ਚਿਰ ਹੋ ਗਿਆ ਤੁਸੀਂ ਕੰਮ ਕਰਦੇ ਹੋ ਡੰਗਰਾਂ ਦਾ ਸਾਨੂੰ ਜਨਾਬ ਹੋ ਗਿਆ ਤਕਰੀਬਨ 10 ਸਾਲ ਹੋ ਗਏ 10 ਸਾਲ ਹੋ ਗਏ ਨੇ ਕਿ ਮਾਲ ਵੀ ਰੱਖਿਆ ਜਾਂ ਕਾਰੋਬਾਰ ਕਰਦੇ ਹੋ ਸ਼ੌਕ ਵਾਸਤੇ ਜਨਾਬ ਰੱਖਿਆ ਹੈ ਹੁਣ ਹੀ ਕਰਨ ਲੱਗੇ ਲੈਣ ਦੇ ਦਿੱਤਾ ਅੱਗੇ ਨਹੀਂ ਕੀਤਾ ਅਜੇ ਘਰ ਹੀ ਰੱਖੇ ਨੇ ਡੰਗਰ ਕਿੰਨੇ ਗੁਣੇ ਟੁੱਟ ਦੀ ਡੰਗਰ ਜਿਹੜੇ ਰੱਖੇ ਸਾਡੇ ਕੋਲ ਐਨ 12-14 12-14 ਡੰਗਰ ਪੱਕੇ ਆ ਜਿਹੜੇ ਆਪੇ ਜਿਹੜੇ ਹੁੰਦੇ ਨੇ ਠੀਕ ਹੈ ਤੇ ਇਹ ਜਿਹੜੀਆਂ ਦੋ ਮੱਝਾਂ ਦੀ ਵੀਡੀਓ ਤੇ ਲਾਣੀਆਂ ਨੇ ਇਹ ਕੀ ਦੇਣ ਬਣਿਆ ਇਹ ਸਾਡਾ ਦਿਲ ਕੀਤਾ ਕਿ ਅਸੀਂ ਵੀ ਜਰਾ ਮੱਝਾਂ ਸਾਰੇ ਲਾਉਂਦੇ ਨੇ ਅਸੀਂ ਵੀ ਟਿਕਾਈਏ ਸ਼ੌਕ ਤੇ ਸ਼ੌਕ ਅਸਾਂ ਵੀ ਕੀਤੇ ਆ ਠੀਕ ਹੋ ਗਿਆ ਮਾਸ਼ਾਅੱਲਾ ਜਨਾਬ ਨਾਈਆਂ ਅੱਛਾ ਚਲੋ ਭਰਾਵਾਂ ਨੂੰ ਇਹ ਜਿਹੜਾ ਜੋੜਾ ਮੱਝਾਂ ਦਾ ਬਹਾਨੇ ਆ ਜੇ ਇਹ ਮੱਝਾਂ ਵਿਕੀਆਂ ਤੇ ਇਹ ਰਾਤਾਂ ਵੀਡੀਓ ਕੋ ਬਣੇ ਕਰਦੀ ਆ ਨਹੀਂ ਇਨਸ਼ਾਅੱਲਾ ਜੇ ਨਾ ਜਨਾਬ ਹੈ ਨਾ ਸਹੀ ਵਿਕੀਆਂ ਦਾ ਇਨਸ਼ਾਅੱਲਾ ਅਸੀਂ ਅੱਗੂ ਹੀ ਲਾਵਾਂਗੇ ਠੀਕ ਹੋ ਗਿਆ ਇਹਦਾ ਮਤਲਬ ਇਹ ਕੰਮ ਚਲਾਣਾ ਹੈ ਇਨਸ਼ਾਅੱਲਾ ਜੀ ਵਾਰ ਤੇ ਵਾਰ ਵਾਰ ਤੇ ਵਾਰ ਤੇ ਚਲਾਵਾਂਗੇ ਫੋਨ ਨੰਬਰ ਬੋਲੋ ਹਾਂ ਜਿਹਦੇ ਤੇ ਵਟਸਐਪ ਬਣੇ 0312-98-981 ਵਟਸਐਪ ਬਣੇ ਨੇ ਵਟਸਐਪ ਬਣੇ ਨੇ ਨਾਲ ਇਹ ਉੱਤੇ ਵੀ ਲਾ ਦਾਂਗੇ ਜੀ ਭਰਾ ਜੀ ਤੇ ਕਾਲ ਕਰ ਲੈਣ ਬਿਲਕੁਲ ਬਿਲਕੁਲ ਕੋਈ ਭਾਈਏ ਮੱਝਾਂ ਭਰਾਵਾਂ ਲਿਆਓ ਜੀ ਮਾਜ ਨੰਬਰ ਇੱਕ ਲਿਆਓ ਲੋ ਜੀ ਮੱਝ ਨੰਬਰ ਆ ਗਈ ਜੀ ਇੱਕ ਮਾਸ਼ਾਅੱਲਾ ਜੀ ਦੋ ਹੀ ਮੱਝਾਂ ਪਾਈ ਅਲੀ ਨੇ ਲਾਣੀਆਂ ਨੇ ਮੱਝਾਂ ਜ਼ਰਾ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀਆਂ ਨੇ ਪਾਈ ਅਲੀ ਕੀ ਸੁਆ ਲਾਇਆ ਮਾਜ ਨੇ ਜਨਾਬ ਮੱਝ ਦੂਜਾ ਸੁਆ ਸਾਡੇ ਕੋਲ ਘਰ ਆਈ ਹੈ ਦੂਸਰਾ ਸੁਆ ਮਾਜ ਨੇ ਲਾਇਆ ਪਿਛਲਾ ਸੁਆ ਮਾਜ ਦਾ ਘਰ ਡੇਰੇ ਚੁੰਗੇ ਆਈ ਆ ਡੇਰੇ ਦਾ ਚੁੰਗੇ ਆਈ ਜਨਾਬ ਸਾਰਾ ਪਿਛਲਾ ਸੁਆ ਪੂਰਾ ਪੂਰਾ ਇੱਕ ਘਰ ਸੁਆਈ ਹੈ ਜਨਾਬ ਸਾਰਾ ਠੀਕ ਹੈ ਮਾਸ਼ਾਅੱਲਾ ਜੀ ਹੁਣ ਮਾਜ ਨੇ ਦੂਸਰਾ ਸੁਆ ਲਾਇਆ ਹੈ ਦੂਸਰਾ ਸੁਆ ਲਾਇਆ ਕਿੰਨੀਆਂ ਦਿਨਾਂ ਦੀ ਸੂਈ ਹੈ ਇਸ ਟਾਈਮ ਮਾਜ ਆ ਮਾਜ 14 ਦਿਨ ਹੋ ਗਏ ਮਾਜ ਨੂੰ ਸੁਆਇਆ ਮੈਂ ਸਾਲ ਸਰਦਰੀ ਮਾਜ ਨੇ ਮਾਲ ਸ਼ੁਰੂ ਕੀਤੀ ਸਕਦੀ ਹੈ ਪੀ ਲੋ ਜੀ 14 ਦਿਨ ਹੋ ਗਏ ਨੇ ਮਾਜ ਨੂੰ ਸੂਈ ਨੂੰ ਮਗਰ ਮਾਜ ਦੇ ਕੀ ਹੈ ਜਨਾਬ ਮਾਜ ਦੇ ਕੱਟੀ ਮਗਰ ਕੱਟੀ ਮੈਲ ਮਾਜ ਟੋਰਦੀ ਹੈ ਪੀ ਮਾਸ਼ਾਅੱਲਾ ਕੱਟੀ ਭਰਾਵਾਂ ਨੇ ਵੇਖ ਲੈਣੀ ਹੈ ਤਸੱਲੀ ਨਾਲ ਕੱਟੀ ਤੱਕੋ ਜਨਾਬ ਕੀ ਬਾਤ ਹੈ ਜੀ ਮਾਜ ਦੀ ਨਸਲ ਤੱਕੋ ਹਾਈਟ ਕਿੰਨੀ ਹੈ ਜਨਾਬ ਪੇਵਰ ਲੋ ਜੀ ਭਾਈ ਹੋਰ ਕਹਿੰਦੇ ਨੇ ਪਿਓਰ ਨੀਲੀ ਦੀ ਮੱਝ ਹੋਵੇ ਜੀ ਸਾਡੀ ਉੱਚੀ ਤੱਕੋ ਮਾਸ਼ਾਅੱਲਾ ਮੱਝ ਭਰਾਵਾਂ ਤਸੱਲੀ ਨਾਲ ਵੇਖ ਲੈਣੀ ਹੈ ਭਾਈ ਜਾਨ ਮੱਝ ਫੇਰੋ ਪੁੱਠਾ ਭਰਾਵਾਂ ਨੇ ਵੇਖ ਲੈਣਾ ਨਸਲ ਤੱਕੋ ਮਾਜ ਦਾ ਕੀ ਬਾਤ ਹੈ ਜੀ ਜ਼ਿੰਦਾਬਾਦ ਭਾਈ ਅਲੀ ਮਾਸ਼ਾਅੱਲਾ ਲੈਣੇ ਦੇਣੇ ਨਸੀਬ ਨੇ ਜੋੜਾ ਮੱਝਾਂ ਦਾ ਨਾ ਜਿਹੜਾ ਮਾਸ਼ਾਅੱਲਾ ਬ੍ਰਾਂਡ ਮੱਝਾਂ ਹੋਣਗੀਆਂ ਜੀ ਦੋਵੇਂ ਥਣ ਪਾਵਰਫੁੱਲ ਹੋਵੇ ਦਾ ਅੱਛਾ ਭਾਈ ਅਲੀ 14 ਦਿਨ ਹੋ ਗਏ ਨੇ ਮਾਜ ਨੂੰ ਸੂਈ ਨੂੰ ਹਾਜ਼ਰ ਮੌਕਿਆ ਮਾਜ ਕੋਲੇ ਕਿੰਨਾ ਕੁ ਦੁੱਧ ਜਿਹੜਾ ਪਿਛਲੀ ਚੋਲੀ ਤੂੰ 11 ਕਿਲੋ ਆ ਗਿਆ ਕੋਈ ਟਾਈਮ ਚੋੜ 11 ਕਿਲੋ ਕੋਈ ਵੀ ਭਰਾ ਆਪਣਾ ਪਿਛਲੀ ਜੋੜੀ ਜਵਾਨ ਕੇ ਪੂਰਾ ਕਰ ਲਵੇ ਅਗਲੀ ਜੋੜੀ ਜਿਹੜੀ ਉਹ ਕੱਟੀ ਨੂੰ ਛੱਡ ਦੇ ਕੱਟੀ ਨੂੰ ਛੱਡਨੇ ਆ ਤੇ ਜੇ ਸਾਰਾ ਚੋਵੋ ਚੋਆ ਸਣਾ ਦਾ ਉਹ ਕਿੰਨਾ ਬਣ ਜਾਂਦਾ ਜਨਾਬ ਫੇਰ ਦੁੱਧ ਜਨਾਬ 14 ਕਿਲੋ ਦੁੱਧ ਅਸੀਂ ਚੋਇਆ ਫਿਰ 14 ਤੇ ਪਿਛਲੀ ਜੋੜੀ ਦਾ ਜਿਹੜਾ ਉਹ 11 ਕਿਲੋ ਗਰੰਟੀ ਹੋਵੇ ਜੀ ਗਰੰਟੀ ਹੋਵੇ ਕੋਈ ਵੀ ਭਰਾ ਆ ਜੇ ਆਪਣੀ ਮੱਝ ਦੋ ਟਾਈਮ ਤਰੇ ਟਾਈਮ ਚੋਵੇ ਤੇ ਫਿਰ ਖੜੇ ਬਿਲਕੁਲ ਭਾਈਆਂ ਨੂੰ ਮੱਝ ਉੱਥੇ ਬੰਨੋ ਭਰਾਵਾਂ ਨੇ ਇੱਕ ਵਾਰ ਸੱਲੀ ਨਾਲ ਮੱਝ ਵਹਾਈਏ
ਸਾਊ ਸੀਨ ਨੌ ਜੀ ਮਾਰੇ ਸਾਊ ਸੀਨ ਮਾਜਾ ਕੀ ਬਾਤ ਹੈ ਜੀ ਮਾਸ਼ਾਅੱਲਾ ਅੱਛਾ ਭਾਈ ਅਲੀ ਮਾਏ ਨੰਬਰ 1 ਦਾ ਕੀ ਮੁੱਲ ਹੈ ਸੁਣ ਜੀ ਗੱਲ ਸੁਣਾਣੀ ਹੈ ਪਹਿਲੀ ਵੀਡੀਓ ਕੋਈ ਭਰਾ ਇਹ ਨਾ ਆਖੇ ਕਿ ਮੱਝਾਂ ਚੰਗੀਆਂ ਨੇ ਰੇਟ ਨਹੀਂ ਭਾਈ ਅਲੀ ਨੇ ਚੰਗਾ ਲਾਇਆ ਜਨਾਬ ਜਿਹੜਾ ਭਰਾ ਜਿਹਦਾ ਦਿਲ ਕਰੇ ਜੀ ਆਕਾ ਤਸੱਲੀ ਕਰ ਕੇ ਆਪਣੀ ਮੱਝ ਲੈ ਜੇ ਅਸੀਂ ਜਨਾਬ ਮੱਝ ਦਾ ਮੁੱਲ ਲਾਉਂਦੇ ਹਾਂ 5.5 ਲੱਖ 5.5 ਲੱਖ 5 ਲੱਖ ਤੇ 50,000 ਰੁਪਇਆ ਮੁੱਲ ਹੋਵੇ ਦਾ ਮੱਝ ਦਾ ਜਿਹੜੇ ਕਿਸੇ ਭਰਾ ਦੇ ਪਸੰਦ ਆ ਗਈ ਰਾਬਤਾ ਕਰ ਲੈਣਾ ਤੇ ਪਿਆਰ ਮੁਹੱਬਤ ਭਰਾਵਾਂ ਨਾਲ ਜ਼ਰੂਰ ਕਰਨਾ ਇਹ ਨਹੀਂ ਕਿ 5.5 ਪੱਕਾ ਆਵੇ ਦਾ ਆਵੇ ਤੋਂ ਜਨਾਬ ਤੁਹਾਡੇ ਤੋਂ ਜ਼ਰੂਰ ਪਿਆਰ ਹੋ ਜਾਏ ਠੀਕ ਹੋ ਗਿਆ ਜੀ ਮਾਸ਼ਾਅੱਲਾ ਲੋ ਜੀ ਕੋਈ ਵੀ ਭਰਾ ਆ ਜੇ ਪਿਆਰ ਮੁਹੱਬਤ ਜ਼ਰੂਰ ਹੋਵੇ ਦਾ ਮੱਝ ਭਰਾਵਾਂ ਨੇ ਵੇਖ ਲਈਏ 11 ਕਿਲੋ ਦੀ ਗਰੰਟੀ ਹੋਵੇ ਦੀ ਪਿਛਲੀ ਜੋੜੀ ਮੈਲ ਮਾਈ ਸਕਦੀ ਹੈ ਭਾਈ ਜਾਨ ਮਾਈ ਨੰਬਰ 2 ਲਿਆਓ ਜੀ ਲੋ ਜੀ ਮਾਈ ਨੰਬਰ ਅੱਗੇ ਆ ਗਈ ਜੀ 2 ਇਹ ਮੱਝ ਜ਼ਰਾ ਭਰਾਵਾਂ ਨੇ ਹੁਣ ਤਸੱਲੀ ਨਾਲ ਵੇਖ ਲੈਣੀ ਹੈ ਲੋ ਜੀ ਮਾਈ ਨੰਬਰ ਆ ਗਈ ਜੀ 2 ਮਾਸ਼ਾਅੱਲਾ ਜੀ ਭਾਈ ਅਲੀ ਇਹਨੇ ਕੀ ਸੁਆ ਜਨਾਬ ਮਾਈ ਦਾ ਲਿਬਾਸ ਤੱਕੋ ਇੱਕ ਵਾਰੀ ਕਿਆ ਦੀ ਬੂਤੀ ਤੱਕੋ ਜ਼ਿੰਦਾਬਾਦ ਜੀ ਮਾਈ ਤੇ ਥਣ ਤੱਕੋ ਮਿਲਣਾ ਮਿਲਣਾ ਜਨਾਬ ਮਾਸ਼ਾਅੱਲਾ ਜੀ ਰੂਹ ਆ ਕਿਆ ਬਾਤ ਹੈ ਜੀ ਤੱਕੋ ਜਨਾਬ ਭਾਈ ਜਨਾਬ ਕੰਡਾ ਇਹਦਾ ਕੀ ਸੁਆ ਲਾਇਆ ਇਸ ਮਾਈ ਨੇ ਇਹ ਮਾਈ ਜਨਾਬ ਅਸਾਂ ਲੈਂਦੀ ਸੀ ਗੱਬਣ ਅੱਛਾ ਪਿਛਲੇ ਮਾਲਗਾ ਨਾ 20 ਕਿਲੋ ਦੀ ਸਾਨੂੰ ਕਰਦੀ ਸੀ ਨਹੀਂ ਹੁਣ ਸੁਆ ਕੀ ਲਾਇਆ ਦੂਸਰਾ ਜਾਂ ਤੀਸਰਾ ਤੀਸਰਾ ਸੁਆ ਲਾਇਆ ਤੇ ਮਗਰ ਕੱਟਿਆ ਕਿੰਨਿਆਂ ਦਿਨਾਂ ਦੀ ਸੂਈ ਹੈ ਮਾਜ ਇਹ ਜਨਾਬ ਹੋ ਗਿਆ ਇਹਨੂੰ ਤਕਰੀਬਨ ਇਹਨੂੰ 16-17 ਦਿਨ ਹੋ ਚੁੱਕੇ 16-17 ਦਿਨ ਹੋ ਚੱਲੇ ਨੇ ਇਸ ਮਾਈ ਨੂੰ ਇਹ ਵੀ ਮੈਲ ਤੋੜਦੀ ਹੈ ਮੈਲ ਤੋੜਦੀ ਹੈ ਜੀ ਲੋ ਜੀ ਇਹ ਵੀ ਮਾਜ ਇਹਦੇ ਮਗਰ ਕੱਟਾ ਹੋਵੇ ਦਾ ਇਹ 16-17 ਦਿਨਾਂ ਦੀ ਸੂਈ ਹੋਵੇ ਜੀ ਮੈਲ ਇਹ ਵੀ ਮਾਈ ਤੋੜਦੀ ਹੈ ਵੀ ਜਾਂ ਤੋੜਦੀ ਵੀ ਜਾਂ ਸੱਚ ਕਰੀ ਮਾਸ਼ਾਅੱਲਾ ਜੀ ਕਿਆ ਬਾਤ ਹੈ ਜੀ ਜ਼ਿੰਦਾਬਾਦ ਲੋ ਜੀ ਮੱਝ ਭਰਾਵਾਂ ਨੇ ਜ਼ਰਾ ਤਸੱਲੀ ਨਾਲ ਵੇਖ ਲੈਣੀ ਹੈ ਥਾਣਵੀ ਤੇ ਲਬਾਸ ਕਿਆ ਬਾਤ ਹੈ ਜੀ ਭਾਈ ਅਲੀ ਮੱਝ ਕੋਲੇ ਹਾਜ਼ਰ ਮੌਕਾ ਦੋ ਦੀ ਕਿੰਨਾ ਕੋਈ ਜਿਹੜਾ ਇਸ ਟਾਈਮ ਹੈ ਜਨਾਬ ਜਿਸ ਭਰਾ ਦਾ ਦਿਲ ਕਰੇ ਆ ਗਿਆ ਪਿਛਲੀ ਜੋੜੀ ਨੂੰ 13 ਕਿਲੋ ਦੁੱਧ ਦੇਵਾਂਗੇ 13 ਕਿਲੋ ਪਿਛਲੀ ਜੋੜੀ ਵਿੱਚੋਂ ਕੋਈ ਵੀ ਭਰਾ ਆਪਣਾ ਪੂਰਾ ਕਰ ਲਵੇ ਤਸੱਲੀ ਕਰੇ ਜਨਾਬ ਕਿਆ ਬਾਤ ਹੈ ਜੀ ਮਾਸ਼ਾਅੱਲਾ ਭਾਈ ਜਾਨ ਮੱਝ ਇੱਥੇ ਲਿਆਓ ਭਰਾਵਾਂ ਨੂੰ ਤਸੱਲੀ ਨਾਲ ਵਹਾਈਏ ਲੋ ਜੀ ਪਿਛਲੀ ਜੋੜੀ ਦਾ 13 ਕਿਲੋ ਦੀ ਗਰੰਟੀ ਹੋਵੇ ਜੀ ਮੱਝ ਨੰਬਰ 2 ਦੀ ਅਗਲੀ ਜੋੜੀ ਜਿਹੜੀ ਉਹ ਕੱਟੇ ਨੂੰ ਛੱਡ ਲੈਣੀ ਤੇ ਜੇ ਇਹਦਾ ਸਾਰਾ ਚਿਵੋ ਦੇਖੋ ਕਿੰਨਾ ਬਣੇ ਦਾ ਜਿਹੜਾ ਚੂਹਾ ਥਣਾ ਦਾ ਹੋਵੇ ਦਾ ਦੁੱਧ 17 ਲੀਟਰ ਕੋਈ ਭਰਾ ਆਪਣਾ ਪੂਰਾ ਕਰ ਲਵੇ ਸਾਰੀ ਮੱਝ ਥੱਲੇ ਤੇ ਜੇ ਬੱਚੇ ਨੂੰ ਪਿਆਰ ਲਵੀਏ ਤੇ ਫਿਰ 13 ਕਿਲੋ ਦੀ ਗਰੰਟੀ ਹੋਵੇ ਦੀ ਪਿਛਲੀ ਜੋੜੀ ਦੀ ਕੋਈ ਵੀ ਭਰਾ ਆ ਜੀ ਆਪਣਾ ਆਣ ਕੇ ਪੂਰਾ ਕਰ ਲਵੇ ਮੱਝ ਦਾ ਥਣ ਲਿਬਾਸ ਪੁੱਠਾ ਉਹ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣਾ ਮਾਸ਼ਾਅੱਲਾ ਜੀ ਸੋਹਣਾ ਥਾਣੇ ਜੀ ਧੁਨੀ ਕੋਲੇ ਦਾ ਨਿਸ਼ਾਨ ਹੋਵੇ ਦਾ ਮਾਏ ਨੂੰ ਭਾਈ ਅਲੀ ਕੀ ਮੁੱਲ ਹੈ ਮਾਏ ਨੰਬਰ 2 ਦਾ ਜਨਾਬ ਮੁੱਲ ਤਾਂ ਇਹਦਾ ਕਰੀਏ ਤਾਂ 10 ਲੱਖ ਵੀ ਥੋੜਾ ਠੀਕ ਹੈ ਤੁਹਾਡੇ ਸਾਹਮਣੇ ਮੱਝ ਹੈ ਜੀ ਠੀਕ ਹੋ ਗਿਆ ਜਨਾਬ ਅਸੀਂ ਜਨਾਬ ਇਹ ਮੱਝ ਦੇਵਾਂਗੇ 7 ਲੱਖ ਦੇ ਪੂਰੇ 7 ਲੱਖ ਦੀ ਪੂਰੇ 7 ਲੱਖ ਲਓ ਜੀ ਮਾਏ ਨੰਬਰ 2 ਦਾ ਮੁੱਲ ਹੈ ਜੀ 7 ਲੱਖ ਜਿਹੜੇ ਕਿਸੇ ਭਰਾ ਦੇ ਮੱਝ ਪਸੰਦ ਆ ਗਈ ਉਹਨੂੰ 7 ਲੱਖ ਦੀ ਦੇ ਦੇਵਾਂਗੇ ਕੋਈ ਵੀ ਭਰਾ ਆ ਜੀ ਉਹਦੇ ਨਾਲ ਪਿਆਰ ਮੁਹੱਬਤ ਜ਼ਰੂਰ ਹੋਵੇ ਦਾ ਇਹ ਨਹੀਂ ਕਿ 7 ਲੱਖ ਜਿਹੜਾ ਰੇਟ ਹੋਵੇ ਦਾ ਇਹ ਪੱਕਾ ਨਹੀਂ ਹੋਣ ਲੱਗਾ ਕੋਈ ਭਰਾ ਆਵੇ ਉਹਦੇ ਨਾਲ ਪੂਰਾ ਪਿਆਰ ਮੁਹੱਬਤ ਹੋਵੇ ਦਾ ਜਨਾਬ ਤੁਸਾਂ ਦਾ ਬੰਦਾ ਜਿਹੜਾ ਵੀ ਆਵੇ ਇਨਸ਼ਾਅੱਲਾ ਉਹਦੇ ਨਾਲ ਪੂਰਾ ਪਿਆਰ ਕਰਾਂਗੇ ਜ਼ਿੰਦਾਬਾਦ ਪਿਆਰ ਕਰਨ ਵਾਲੇ ਕੀ ਬਾਤ ਹੈ ਜੀ ਮਾਸ਼ਾਅੱਲਾ ਲੋ ਜੀ ਜ਼ਿਲ੍ਹਾ ਗੁਜਰਾਤ ਤਹਿਸੀਲ ਸਰਾਇ ਆਲਮਗੀਰ ਪਿੰਡ ਕੋਟੀਆਂ ਫੋਨ ਨੰਬਰ ਉੱਤੇ ਲੱਗੇ ਆ ਜਿਹੜੇ ਵੀ ਭਰਾ ਨੇ ਆਵਣਾ ਹੋਵੇ ਰਾਬਤਾ ਕਰ ਲੈਣਾ ਭਾਈ ਅਲੀ ਲੈ ਲੈਣ ਦੇ ਤੁਹਾਨੂੰ ਇਨਸ਼ਾਅੱਲਾ ਠੀਕ ਹੋ ਗਿਆ ਜੀ ਅੱਲਾ ਪਾਕ ਖੈਰ ਕਰੇ ਜੀ ਲੋ ਜੀ ਅੱਲਾ ਪਾਕ ਮੁਲਕੇ ਪਾਕਿਸਤਾਨ ਨੂੰ ਆਪਣੇ ਜ਼ਿਮਾਨ ਚ ਰੱਖੇ ਰਹਿੰਦੀ ਦੁਨੀਆ ਤੱਕ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਮਿਲਾਂਗੇ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਰੱਬ ਰਾ ਖੱਲਾ ਸੁਣ ਦੇ ਵਾਲੇ ਨਾਰੇ ਦੀ ਆਵਾਜ਼ ਆਵੇ ਤਾਜਦਾਰੇ ਖਤਮੇ ਨਬੂਤ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।